ਮੌਜੂਦਾ ਸਿਆਸੀ ਸਮੀਕਰਨ ਐਸਜੀਪੀਸੀ ਨੇ ਕੀ ਕੁਝ ਅੱਜ ਦੀ ਮੀਟਿੰਗ ਦੇ ਵਿੱਚ ਕਿਹਾ, ਤੁਹਾਡੇ ਵੱਲੋਂ ਕੀ ਕੁਝ ਕਿਹਾ ਗਿਆ ਪ੍ਰਧਾਨ ਸਾਹਿਬ ਨੂੰ, ਕਿਸ ਗੱਲ ਤੇ ਚਰਚਾ ਜ਼ਿਆਦਾ ਹੋਈ? ਦੇਖੋ, ਇਹ 2024 ਦੀਆਂ ਚੋਣਾਂ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਾਡੇ ਲੀਡਰ ਆ ਉਹਨਾਂ ਦੀ ਇਹ ਸਲਾਹ ਸੀ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਸੱਦਣ ਤੁਰੰਤ ਅਕਾਲੀ ਦਲ ਦੀ, ਤੇ ਪ੍ਰਧਾਨ ਸਾਹਿਬ ਨੇ ਉਹ ਮੀਟਿੰਗ ਵੀ ਸੱਦ ਲਈ। ਪਹਿਲਾਂ ਸਭ ਤੋਂ ਕੋਰ ਕਮੇਟੀ ਦੀ ਮੀਟਿੰਗ ਹੋਈ, ਮੈਂ ਵੀ ਹਾਜ਼ਰ ਸੀ ਉਹਦੇ ਵਿੱਚ। ਸਾਰਾ ਬੜੇ ਆਰਾਮ ਦੇ ਨਾਲ ਮੁਲਾਂਕਣ ਵੀ ਹੋਇਆ ਸਾਰਾ, ਤੇ ਬੜੇ ਠੰਡੇ ਮਾਹੌਲ ਦੇ ਵਿੱਚ ਉਹ ਸਾਰੀ ਜਿਹੜੀ ਆ ਮੀਟਿੰਗ ਹੋਈ। ਉਸ ਮੀਟਿੰਗ ਤੋਂ ਬਾਅਦ ਜਿਹੜੇ ਹਾਲੇ ਕਨਕਲੂਡ ਕਰਨਾ ਸੀ ਪ੍ਰਧਾਨ ਸਾਹਿਬ ਨੇ, ਕਿਉਂਕਿ ਇੱਕ ਪਾਰਟੀ ਦਾ ਦਸਤੂਰ ਹੁੰਦਾ, ਉਸ ਦਸਤੂਰ ਤਾਂ ਪ੍ਰਧਾਨ ਜੀ ਨੇ ਕਿਹਾ ਵੀ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ, ਤੇ ਮੈਂ ਵੀ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਅੱਗੇ ਤੋਂ ਦੁੱਗਣਾ ਕੰਮ ਕਰੂੰਗਾ, ਮੈਂ ਤੁਹਾਨੂੰ ਇਕਨੋਮਿਕ ਤੌਰ ਦੇ ਉੱਤੇ ਵੀ ਨਾਲ ਤੁਹਾਡੇ ਚੱਲੂਗਾ, ਤੇ ਜੇ ਕਿਸੇ ਦੀ ਮਨਸ਼ਾ ਹੈਗੀ ਦੱਸ ਦਿਓ। ਸਾਰੇ ਕੋਰ ਕਮੇਟੀ ਦੇ ਸੀਨੀਅਰ ਆਗੂ ਸੀ, ਉਹ ਹੀ ਪੰਜਾਬ ਨੂੰ ਲੀਡ ਕਰਦੇ ਆ, ਕਿਸੇ ਨੇ ਇੱਕ ਲਫ਼ਜ਼ ਵੀ ਉੱਥੇ ਨਹੀਂ ਬੋਲਿਆ। ਇੱਕ ਹਫ਼ਤਾ ਪਹਿਲਾਂ ਦੀ ਗੱਲ ਤੁਸੀਂ ਕਰ ਰਹੇ ਹੋ, ਪਹਿਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਵਿੱਚ ਚੰਦੂ ਮਾਹਿਰਾ ਸਾਹਿਬ ਸੀ, ਹਾਂ ਚੰਦੂ ਮਾਹਿਰਾ ਸੀ, ਬਡਾਲਾ ਸਾਹਿਬ ਵੀ ਸਾਰੇ ਸੀਗੇ ਉਸ ਮੀਟਿੰਗ ਉਸ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਸੀ। ਠੀਕ ਹੈ, ਫਿਰ ਪ੍ਰਧਾਨ ਜੀ ਨੇ ਵੀ ਕਿਹਾ ਵੀ ਫਿਰ ਪਿੱਛੋਂ ਪਿੱਠ ਦੇ ਸ਼ੋਰਾਂ ਨਹੀਂ ਮਾਰਨਾ ਚਾਹੀਦਾ, ਜੇ ਕੋਈ ਹੈਗਾ ਐਂਸ਼ੀਅਸ ਜਿਹੜਾ ਕੋਈ ਮਿਲੇਗਾ ਮੀਟਿੰਗ ਚ ਕਿਹਾ। ਚਲੋ ਉਹ ਮੀਟਿੰਗ ਹੋ ਗਈ, ਉਹ ਤੋਂ ਬਾਅਦ ਫਿਰ ਆ ਜਿਹੜਾ ਸਾਰਾ ਸਿਸਟਮ ਜਿਹੜਾ ਆ ਇਹ ਸ਼ੁਰੂ ਹੋਇਆ। ਉਸ ਵੇਲੇ ਕਿਸੇ ਨੇ ਕਿਹਾ ਕਿ ਅਸਤੀਫਾ ਦਿਓ? ਨਹੀਂ, ਕਿਸੇ ਨੇ ਨਾਟ ਈਵਨ ਸਿੰਗਲ ਪਰਸਨ ਹੈ ਅਟਰਡ ਐਨੀ ਵਰਲਡ ਇਹਦੇ ਬਾਰੇ। ਮੀਟਿੰਗ ਤੋਂ ਬਾਅਦ ਕੋਈ ਆਪਸੀ ਆਫ ਰਿਕਾਰਡ ਗੱਲਬਾਤ ਹੋਈ ਕਿ ਅਸਤੀਫਾ? ਮੀਟਿੰਗ ਤੋਂ ਬਾਅਦ ਵੀ ਕੋਈ ਨਹੀਂ ਹੋਈ। ਹੁਣ ਉਹ ਤੋਂ ਬਾਅਦ ਇੱਕ ਸੁਝਾਅ ਸੀਗਾ ਵੀ ਜੀ ਪ੍ਰਧਾਨ ਜੀ ਸਾਰੇ ਵਿੰਗਾਂ ਦੇ ਨਾਲ ਤੇ ਸਾਰਿਆਂ ਦੇ ਨਾਲ 1-to-1 ਜਿਹੜਾ ਵੀ ਕੋਈ ਸੁਝਾਅ ਦੇਣਾ ਚਾਹੁੰਦਾ ਕਰ ਲਓ। ਉਹ ਸੁਝਾਅ ਤਹਿਤ ਫਿਰ ਮੀਟਿੰਗਾਂ ਸ਼ੁਰੂ ਹੋ ਗਈਆਂ। ਉਹਦੇ ਵਿੱਚ ਸਭ ਤੋਂ ਪਹਿਲੀ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਨਾਲ ਹੋਈ, ਫਿਰ ਇੰਚਾਰਜ ਹਲਕਾ ਨਾਲ ਹੋਈ, ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਫਿਰ ਪਛੜੀ ਵਿੰਗ ਵਾਲੇ ਜਿਹੜੇ ਆ, ਫਿਰ ਐਸਸੀ ਵਿੰਗ, ਫਿਰ ਇਸਤਰੀ ਵਿੰਗ, ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸਾਰਿਆਂ ਨਾਲ, ਕਿਉਂਕਿ ਮੈਂਬਰ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਪਹਿਲਾਂ ਮੈਂ ਅਰਜ਼ ਕਰਦਾ ਤੁਹਾਡੇ ਜ਼ਰੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੂੰ ਵੱਖ ਨਾ ਦੇਖਿਆ ਕਰੋ, ਇਹ ਦੋਵੇਂ ਇੱਕ ਦੋਵੇਂ ਦੇ ਪੂਰਕ ਆ। ਇਹ ਜਿੰਨੇ ਮੈਂਬਰ ਸੀ ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੇ ਚੋਣਾਂ ਲੜ ਕੇ ਮੈਂਬਰ ਬਣੇ ਆ, ਤੇ ਸਾਰਿਆਂ ਨੇ ਅੱਜ ਇੱਕ ਸੁਰਤਾ ਦੇ ਨਾਲ ਸਰਬਸੰਮਤੀ ਦੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਭਰੋਸਾ ਪ੍ਰਗਟ ਕੀਤਾ, ਤੇ ਵੱਡੇ ਵਧੇ ਚਾਅ ਦੇ ਨਾਲ ਵੱਡੇ ਮੈਂ ਸਮਝਾਂ ਉਤਸ਼ਾਹ ਨਾਲ ਇਹ ਮੀਟਿੰਗ ਹੋਈ ਆ। ਔਰ ਉਹਦੇ ਵਿੱਚ ਇਹ ਵੀ ਇੱਕ ਭਾਂਪਿਆ ਗਿਆ ਕਿ ਜਿਹੜੇ ਕੋਈ ਸਿੱਖ ਮੁੱਦੇ ਕਰੰਟ ਹੁੰਦੇ ਆ, ਜਿਨ੍ਹਾਂ ਦੇ ਵਿੱਚ ਕਿਉਂਕਿ ਬਹੁਤ ਵੱਡੀ ਇੰਪੋਰਟੈਂਸ ਹੁੰਦੀ ਵੀ ਜਿੱਥੇ ਕਕਾਰਾਂ ਦੀ ਲਹਾ ਕੇ ਉਹਨਾਂ ਨੂੰ ਬੰਦੇ ਨੂੰ ਕਕਾਰਾਂ ਤੋਂ ਲਾਂਭੇ ਕਰਕੇ ਫਿਰ ਉਹਨੂੰ ਕਿਤੇ ਇੰਟਰ ਦੋਣਾ, ਇੱਦਾਂ ਦੇ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਦੇ ਵਿਚਾਰਾਂ ਹੋਈਆਂ। ਅਤੇ ਦੂਜੀ ਵਿਚਾਰ ਸੀ ਕਿ 31 ਜੁਲਾਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨੀਆਂ, ਆਪਾਂ ਵੋਟਾਂ ਵੱਧ ਤੋਂ ਵੱਧ ਬਣਾਈਏ। ਇਹ ਸਾਰੀਆਂ ਬੈਠ ਕੇ ਮੁੱਦੇ ਜਿਹੜੇ ਅੱਜ ਉਸ ਸਾਰੇ ਡਿਸਕਸ ਹੋਏ। ਐਸਜੀਪੀਸੀ ਇਲੈਕਸ਼ਨ ਨੂੰ ਲੈ ਕੇ ਵੀ ਚਰਚਾ ਹੋਈ, ਕਿਉਂਕਿ ਪੈਂਡਿੰਗ ਪਈਆਂ ਕਿ ਐਸਜੀਪੀਸੀ ਦੇ ਇਲੈਕਸ਼ਨ ਅਗਲੇ 3-4 ਮਹੀਨੇ ਚ ਹੋ ਸਕਦੇ ਆ, 31 ਜੁਲਾਈ ਤੱਕ ਵੋਟਾਂ ਦਾ ਕੰਮ ਮੁਕੰਮਲ ਹੋਣਾ, ਉਸ ਤੋਂ ਬਾਅਦ ਕਿਸੇ ਵੇਲੇ ਵੀ ਐਲਾਨ ਹੋ ਸਕਦਾ। ਦੇਖੋ, ਐਸਜੀਪੀਸੀ ਦੀਆਂ ਵੋਟਾਂ ਲਈ ਕਿਹਾ ਗਿਆ, ਬਾਕੀ ਜਿਹੜੇ ਆ ਇਹ ਸਿਸਟਮ ਹੈ ਇਹ ਚਲਾਉਣਾ ਹੁੰਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ, ਉਹ ਜਸਟਿਸ ਸਾਰੋਂ ਸਾਹਿਬ ਸਾਡੇ ਹਾਈ ਕੋਰਟ ਦੇ ਆਨਰੇਬਲ ਜੱਜ ਰਹੇ ਆ, ਉਹ ਇਹ ਸਾਰਾ ਦੇਖ ਰਹੇ ਆ, ਇਹ ਤਾਂ ਉਹਨਾਂ ਨੇ ਕਰਾਉਣਾ ਹੁੰਦਾ। ਬਾਕੀ ਇਹ ਹੋਇਆ ਵੀ ਵੱਧ ਤੋਂ ਵੱਧ ਵੋਟਾਂ ਜਿਹੜੇ ਉਹ ਸਾਰੇ ਬਣਾਉਣ, ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਪੈਂਡਿੰਗ ਪਈਆਂ ਹੋਈਆਂ ਐਸਜੀਪੀਸੀ ਦੀਆਂ ਇਲੈਕਸ਼ਨ ਹੋ ਸਕਦੀਆਂ ਜਲਦ। ਅੰਮ੍ਰਿਤਪਾਲ ਹੋਰਾਂ ਦੇ ਵੱਲੋਂ ਵੀ ਜਾਂ ਸਰਬਜੀਤ ਖਾਲਸਾ ਹੋਰਾਂ ਵੱਲੋਂ ਵੀ ਐਲਾਨ ਕਰ ਦਿੱਤਾ ਕਿ ਇਸ ਵਾਰ ਅਸੀਂ ਐਸਜੀਪੀਸੀ ਦੀ ਇਲੈਕਸ਼ਨ ਵੀ ਲੜਾਂਗੇ। ਚਲੋ, ਇਹ ਤਾਂ ਪਹਿਲਾਂ ਤੋਂ ਵੀ ਉਹ ਵੀ ਦੀ ਲੜਨ ਮੁਬਾਰਕ ਹੈ ਉਹਨਾਂ ਨੂੰ ਵੀ, ਉਹ ਤੋਂ ਪਹਿਲਾਂ ਵੀ ਆ 3 ਇਲੈਕਸ਼ਨ ਤਾਂ ਮੈਂ 96 ਚ 2004 ਚ 11 ਚ ਲੜ ਚੁੱਕਾ, ਤੇ ਤਦ ਵੀ ਸਾਰੇ ਵੱਖ ਵੱਖ ਧੜੇ ਲੜਦੇ ਹੀ ਆ ਜੀ, ਐਨ ਸਾਰੇ ਧੜੇ ਲੜਨ ਜਿਹੜੇ ਵੀ ਹੈਗੇ ਆ, ਕੋਈ
ਭਾਈ ਅੰਮ੍ਰਿਤਪਾਲ ਦਾ ਧੜਾ ਲੜੇ, ਸਰਬਜੀਤ ਹੋਣਾ ਦਾ ਧੜਾ ਲੜੇ, ਇਹ ਤਾਂ ਡੈਮੋਕ੍ਰੇਸੀ ਹਰ ਇੱਕ ਨੂੰ। ਅਕਾਲੀ ਦਲ ਤਿਆਰ ਆ ਕਿਸੇ ਵੇਲੇ ਵੀ ਇਲੈਕਸ਼ਨ ਜਦੋਂ ਹੋ ਜਾ, ਕੋਈ ਗੱਲ ਨੀ, ਅਕਾਲੀ ਦਲ ਤਾਂ ਰਹਿੰਦਾ ਇਸ ਕੰਮ ਨੂੰ, ਕੋਈ ਦਿੱਕਤ ਨੀ ਗੀ। ਕਿਉਂਕਿ ਅਕਾਲੀ ਦਲ ਨੂੰ ਦੋ ਪੱਖੋਂ ਦੇਖਿਆ ਜਾਂਦਾ, ਸਿਆਸੀ ਪੱਖੋਂ, ਧਾਰਮਿਕ ਪੱਖੋਂ। ਸਿਆਸੀ ਪੱਖੋਂ 2017 ਤੋਂ ਬਾਅਦ ਲਗਾਤਾਰ ਇਲੈਕਸ਼ਨ ਦੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਕਰਕੇ ਸ਼ਾਇਦ ਪ੍ਰਧਾਨਗੀ ਦੇ ਅਸਤੀਫੇ ਦੀ ਮੰਗ ਵੀ ਹੋ ਰਹੀ ਹੈ। ਲੇਕਿਨ ਧਾਰਮਿਕ ਪੱਖੋਂ ਦੇਖਿਆ ਜਾਵੇ, ਅੱਜ ਵੀ ਕਿਹਾ ਜਾਂਦਾ ਕਿ ਅਕਾਲੀ ਦਲ ਕੋਲ ਜਦੋਂ ਤੱਕ SGPC ਹੈ ਉਦੋਂ ਤੱਕ ਅਕਾਲੀ ਦਲ ਜਿਹੜਾ ਵਾ ਉਹ ਮਜ਼ਬੂਤੀ ਦੇ ਨਾਲ ਖੜਾ ਹੁੰਦਾ ਧਾਰਮਿਕ ਪੱਖੋਂ। ਇਸ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਸਾਡਾ ਤਾਂ ਮੁੱਢਲਾ ਸਿਧਾਂਤ ਹੀ ਧਾਰਮਿਕ ਤਾਂ ਰਾਜਨੀਤੀ ਇਕੱਠੀ ਆ, ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ। ਜਿਹੜਾ ਡੈਮੋਕ੍ਰੇਸੀ ਦੇ ਵਿੱਚ ਨੋਰਮ ਹੀ ਵੋਟਾਂ ਦਾ ਆ, ਤੇ ਜਿਹੜੇ ਤੁਸੀਂ ਵੋਟਾਂ ਲੈਣੀਆਂ ਤੇ ਉਹ ਨੈਚੁਰਲੀ ਫਿਰ ਉਹਦਾ ਪ੍ਰੋਸੈਸ ਆ, ਤੇ ਉਸ ਪ੍ਰੋਸੈਸ ਦਾ ਦੋਵੇਂ ਇੱਕ ਦੂਜੇ ਦੇ ਪੂਰਕ ਤੌਰ ਤੇ ਬਣ ਕੇ ਲੜ ਰਹੇ ਆ। ਮੈਂ ਇਸ ਕਰਕੇ ਪੁੱਛ ਰਿਹਾ ਸੀ ਕਿਉਂਕਿ ਸਿਆਸੀ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਅਕਾਲੀ ਦਲ, ਦੇਖੋ ਧਾਰਮਿਕ ਪੱਖੋਂ ਇਹਦੇ ਲੱਗਦਾ ਇਸ ਦਾ ਨੁਕਸਾਨ ਜਦੋਂ ਅੰਮ੍ਰਿਤਪਾਲ ਆ ਜਾਣਗੇ, ਜਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ, ਤਾਂ ਉਹ ਵੋਟ ਜਿਹੜੀ ਡਿਵਾਈਡ ਹੋਏਗੀ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ। ਦੇਖੋ ਮੇਰੀ ਬੇਨਤੀ ਸੁਣੋ, ਉਹ ਪਾਰਟੀਆਂ ਹੁੰਦੀਆਂ ਹੁੰਦੀ ਇਲੈਕਸ਼ਨ ਵਿਦਨ ਸਿਕਸ, ਉਹਦੇ ਵਿੱਚ ਜਨਰਲ ਲੋਕ ਨਹੀਂ ਹੁੰਦੇ, ਉਹ ਤਾਂ ਜਿਹੜੇ ਸਿੱਖਿਆ ਸਿੱਖਾਂ ਨੇ ਸਿੱਖਾਂ ਨੂੰ ਵੋਟਾਂ ਪਾਉਣੀਆਂ, ਤੇ ਹੁਣ ਤੋਂ ਨਹੀਂ, ਬਹੁਤ ਲੰਬੇ ਅਰਸੇ ਤੋਂ ਇਹ ਚੱਲਦਾ ਰਿਹਾ ਕੰਮ। ਤੇ ਜਿਹੜਾ ਵੀ ਕੋਈ ਵੀ ਆਵੇ, ਹਰ ਇੱਕ ਨੂੰ ਜੀ ਆਇਆ ਉਹ ਇਲੈਕਸ਼ਨ ਲੜੇ, ਠੀਕ ਆ। ਸਾਨੂੰ ਪੋਲੀਟੀਕਲ ਤੌਰ ਦੇ ਉੱਤੇ ਇਹਦੇ ਵਿੱਚ ਸੈਟਬੈਕ ਬਹੁਤ ਵੱਡੀ ਬਚੀ ਆ, ਕੋਈ ਸ਼ੱਕ ਨਹੀਂ ਗੀ। ਪਰ ਮੈਂ ਤੁਹਾਡੇ ਮੀਡੀਅਮ ਰਾਣੀ ਇਹ ਵੀ ਕਹਿਣਾ ਚਾਹੁੰਦਾ ਕਿ ਸਿੱਖਾਂ ਦਾ ਸਿਧਾਂਤ, ਮੀਰੀ ਤੇ ਪੀਰੀ ਦਾ ਸਿਧਾਂਤ, ਇਹਨੂੰ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਇਹ ਸਾਡਾ ਸਿਧਾਂਤ ਆ ਮੁੱਢਲਾ। ਤੇ ਸਾਡਾ ਨਿਹਰਾ ਰਾਜਨੀਤੀ ਸੱਤਾ ਜਿਹੜੀ ਆ ਕਾਇਮ ਕਰਨਾ ਨੀਗਾ। ਇੱਥੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਤੇ ਪ੍ਰਚਾਰ ਤੇ ਪ੍ਰਸਾਰ ਦੀ ਵੀ ਗੱਲ ਆ। ਸੋ ਇਸ ਕਰਕੇ ਮੈਂ ਸਮਝਦਾ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੂਰੇ ਯਤਨਸ਼ੀਲ ਆ ਤੇ ਯਤਨ ਦੇ ਨਾਲ ਆਪਣੇ ਪੂਰੇ ਕਾਰਜਾਂ ਦੇ ਵਿੱਚ ਯੋਗਦਾਨ ਪਾ ਰਹੀ ਆ। ਤੇ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਪੋਲੀਟੀਕਲ ਤੌਰ ਤੇ ਸੈਟਬੈਕ ਵੱਗੀ ਆ, ਤੇ ਉਹਦਾ ਇਹ ਮਤਲਬ ਨੀਗਾ ਵੀ ਅਸੀਂ ਇਸ ਸਿਨੈਰੀਓ ਚ ਵੀ ਆਪਣੇ ਆ ਜਿਹੜੇ ਉਹਨੂੰ ਕੋਈ ਇਫੈਕਟ ਹੋਊਗਾ। ਜਦੋਂ ਚੋਣਾਂ ਆਉਣਗੀਆਂ ਸਾਰੇ ਲੜਨਗੇ, ਕਿਉਂਕਿ ਸਿੱਖਾਂ ਦੀਆਂ ਮਾਨ ਸਾਹਿਬ ਤਾਂ ਅਕਸਰ ਹੀ ਪਿਛਲੀਆਂ ਚੋਣਾਂ ਵੀ ਲੜਦੇ ਰਹੇ, 96 ਚ ਵੀ ਲੜੇ, 4 ਚ ਵੀ ਲੜੇ ਤੇ 11 ਚ ਵੀ ਲੜੇ ਆ। ਇਸ ਕਰਕੇ ਵੀ ਨਾ 2 ਲੱਖ ਵੋਟ ਤੋਂ ਜਿਹੜਾ ਅੰਮ੍ਰਿਤਪਾਲ ਜਿੱਤ, ਚਲੋ ਉਹਨੂੰ ਤੁਸੀਂ ਧਾਰਮਿਕ ਤੌਰ ਤੇ ਜਿਹੜੀ ਉਹ ਜਿੱਤੇ ਆ, ਠੀਕ ਆ, ਉੱਥੇ ਕਿਉਂਕਿ ਸਾਰਿਆਂ ਨੇ ਵੋਟਾਂ ਪਾਉਣੀਆਂ ਸੀ। ਪਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਿਰੋਲ ਸਿੱਖਾਂ ਦੀਆਂ ਵੋਟਾਂ ਹੁੰਦੀਆਂ, ਤੇ ਸਾਰੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੀ ਆਇਆਂ, ਕੋਈ ਦਿੱਕਤ ਨਹੀਂ, ਸਾਰੇ ਲੜਨ, ਜਿਹੜੇ ਜਿੱਤਣਗੇ ਉਹ ਆਪਣੇ ਪ੍ਰੋਗਰਾਮ ਸਾਹਮਣੇ ਲੈਣਗੇ। ਸਵਾਲ ਉੱਠਦੇ ਨਾ ਕਹਿੰਦੇ ਕਿ ਜਿਸ ਤਰੀਕੇ ਨਾਲ ਜਿਵੇਂ ਇੱਕ ਕਮਿਊਨਿਟੀ ਨੇ ਆਪਣੇ ਸਕੂਲ ਕਾਲਜ ਮਜ਼ਬੂਤ ਕਰ ਲਏ, SGPC ਉਸ ਤਰੀਕੇ ਨਾਲ ਸਕੂਲ ਕਾਲਜ ਨਹੀਂ, ਬਿਲਕੁਲ ਮਜ਼ਬੂਤ ਆ। ਤੁਸੀਂ ਸਾਡੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚਲ ਜਾਓ, ਦੱਸੋ ਕਿਹੜੀ ਮਿਆਰੀ ਉਸ ਦੇ ਉੱਤੇ। ਅੱਜ ਵੀ ਉੱਥੇ ਸਾਡੇ ਮੈਡੀਕਲ MBBS ਤੇ MS ਦੀਆਂ ਸਾਡੀਆਂ ਚੱਲਦੀਆਂ, ਅੱਜ ਵੀ ਲੋਕ DMC CMC ਤੋਂ ਵੱਧ ਉੱਥੇ ਨੂੰ ਪ੍ਰੈਫਰ ਕਰਦੇ ਆ। ਅੱਜ ਸਾਡੇ ਇੰਜੀਨੀਅਰਿੰਗ ਕਾਲਜ ਆ, ਨਨਕਾਣਾ ਸਾਹਿਬ ਟਰੱਸਟ ਆ, ਜਿਹਦਾ ਅੱਜ ਥਾਪਰ ਨੂੰ ਕੰਪੀਟ ਕਰ ਰਿਹਾ, ਵਿਦੇਸ਼ਾਂ ਚਲ ਜਾਓ ਸਾਰੇ। ਸਾਡੇ ਕੋਲ 38-34 ਆਪਣੇ ਡਿਗਰੀ ਕਾਲਜ ਆ, ਸਾਡੇ ਕੋਲ 56-57 ਸਾਡੇ ਸਕੂਲ ਚੱਲ ਰਹੇ ਆ, ਬੜੀ ਸ਼ਾਨੋ ਸ਼ੌਕਤ ਨਾਲ ਚੱਲ ਰਹੇ। ਇਹਦੇ ਇਹਦਾ ਇਹ ਥੋੜਾ ਮਤਲਬ ਹੈ, ਕਿਉਂਕਿ ਕਿਰਦਾਰ ਕੁਛ ਹੀ ਹੋ ਰਹੀ ਆ। ਮੀਡੀਆ ਨੂੰ ਮੈਂ ਤੁਹਾਨੂੰ ਨਹੀਂ ਬਲੇਮ ਕਰਦਾ, ਇੱਕ ਸਿਸਟਮ ਜਿਹਾ ਚਲਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਸੀਂ ਦੇਖ ਲਓ, ਆਹ ਹੁਣ ਮੈਂ ਅੱਜ ਆ ਸਾਡਾ ਹੁਣ ਜਿਹੜਾ ਅਸੀਂ ਨਿਸ਼ਚੇ ਅਕੈਡਮੀ ਚਲਾਈ ਆ, ਸਾਡਾ ਬੱਚਾ ਅੱਜ ਇੱਕ ਪ੍ਰਾਇਮਰੀ ਉੱਥੋਂ ਟੈਸਟ ਕਲੀਅਰ ਕਰ ਗਿਆ, UPSC ਦਾ, ਉਹ ਅਸੀਂ ਪਿਛਲੇ ਸਾਲ ਹੀ ਲਾਂਚ ਕੀਤੀ ਆ, ਔਰ ਉੱਥੇ ਸਾਰਾ ਕੁਝ ਫ੍ਰੀ ਆ। ਲੇਕਿਨ ਬੀਜੇਪੀ ਦੇ RP ਸਿੰਘ ਕਈ ਵਾਰ ਸਵਾਲ ਚੁੱਕਦੇ, ਕਹਿੰਦੇ ਕਿ ਜਿਵੇਂ ਧਰਮ ਪਰਿਵਰਤਨ ਪਿਛਲੇ ਸਮੇਂ ਚ ਹੋਏ, SGPC ਰੋਕ ਨਹੀਂ ਪਈ ਬੀਜੇਪੀ RP ਸਿੰਘ ਹੋਰਾਂ ਦੇ ਬਿਆਨ ਕਈ ਵਾਰ ਸੁਣੇ? ਮੇਰੀ ਬੇਨਤੀ ਸੁਣੋ, RP ਸਿੰਘ ਹੁਣੀ ਬੈਠੇ ਦਿੱਲੀਓਂ ਗੱਲ ਕਰਦੇ ਆ, ਤੇ ਜਿਹੜੀ ਗਰਾਊਂਡ ਰਿਐਲਿਟੀ ਕੀ ਆ, ਇਹ ਵੀ ਇੱਕ ਦੂਏ ਵਿਰੋਧੀ ਨੂੰ ਤਕੜਾ ਕਰਨ ਹੁੰਦੀ ਵੀ ਤੂੰ ਬਹੁਤ ਤਕੜਾ, ਤੂੰ ਬੜਾ, ਤੂੰ ਪ੍ਰਚਾਰ ਕਰ ਰਿਹਾ। ਤੇ ਮੈਂ ਕਹਿੰਦਾ RP ਸਿੰਘ ਠੀਕ ਆ, ਸਿੱਖ ਆ, ਪਰ ਪੰਜਾਬ ਤੇ ਆ ਕੇ ਦੇਖਣ ਤਾਂ ਸਹੀ, ਜਿਹੜੇ ਜ਼ਿਲ੍ਹਿਆਂ ਦੀ ਉਹ ਗੱਲ ਕਰਦੇ ਠੀਕ ਆ, ਇਹ ਧਰਮ ਪਰਿਵਰਤਨ ਨਹੀਂ ਹੁੰਦਾ, ਇਹ ਲਾਲਚ ਪਰਿਵਰਤਨ ਹੁੰਦਾ। ਮੈਂ ਬਹੁਤ ਵਾਰੀ ਕਹਿ ਚੁੱਕਾ,
ਤੇ ਉਹ ਲਾਲਚ ਪਰਿਵਰਤਨ ਜੇ ਆਪਾਂ ਹੀ ਪ੍ਰਚਾਰੀ ਪ੍ਰਸਾਰੀ ਜਾਵਾਂਗੇ ਤੇ ਫਿਰ ਮੇਰਾ ਮਤਲਬ ਆਪਾਂ ਕੌਮ ਦਾ ਭਲਾ ਕਰ ਰਹੇ ਹਾਂ। ਇਹ ਠੀਕ ਹੈ ਵੀ ਯਤਨਸ਼ੀਲ ਰਹਿਣਾ ਚਾਹੀਦਾ ਤੇ ਅਸੀਂ ਯਤਨਸ਼ੀਲ ਹਾਂ ਤੇ ਆਪਣਾ ਯਤਨ ਅਸੀਂ ਪਿਛਲੇ 3 ਸਾਲਾਂ ਤੋਂ ਆਰੰਭਿਆ ਵੀ ਤੇ ਅਸੀਂ ਕਾਮਯਾਬ ਵੀ ਹਾਂ। ਜਿਹੜੇ ਉਹ ਤਰਨ ਤਾਰਨ ਦੇ ਪੱਟੀ ਵਾਲੇ ਜਿਹੜੇ ਆਪਣੇ ਅੰਮ੍ਰਿਤਸਰ ਦੇ ਜਿਹੜੇ ਬਾਰਡਰ ਏਰੀਏ ਆ ਉਹਨਾਂ ਵਿੱਚ ਸਾਡੇ ਨਵੇਂ ਬੱਚੇ ਅਸੀਂ 125 ਬਲੈਂਡਰ ਭੇਜੇ 10-10 ਦਿਨ ਲਾ ਕੇ 12-12 ਦਿਨ ਲਾ ਕੇ ਬੜੇ ਵੱਡੇ ਉੱਤੇ ਪ੍ਰਚਾਰ ਤੇ ਅੱਜ ਵੀ ਸਾਡਾ ਜਾਰੀ ਆ। ਸੋ ਇਸ ਕਰਕੇ ਮੈਂ ਸਮਝਦਾ ਹਾਂ ਮੀਡੀਏ ਨੂੰ ਵੀ ਰਿਐਲਿਟੀ ਜਿੰਨੀ ਓਨੀ ਕੁ ਦਰਸਾਉਣੀ ਚਾਹੀਦੀ ਆ। ਆਰਪੀ ਸਿੰਘ ਨੂੰ ਵੀ ਮੈਂ ਬੇਨਤੀ ਕਰਦਾ ਵੀ ਦਿੱਲੀਓਂ ਬੈਠੇ ਨਾ ਬਿਆਨ ਦਿਆ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਆਪਣੇ ਯਤਨਸ਼ੀਲ ਆ, ਪਰ ਇਹਦੇ ਨਾਲ ਨਾਲ ਜਿਹੜੀਆਂ ਹੋਰ ਸਿੱਖ ਸੰਸਥਾਵਾਂ ਉਹਨਾਂ ਦਾ ਵੀ ਫਰਜ਼ ਬਣਦਾ। ਇਹ ਤਾਂ ਸਾਨੂੰ ਇੱਕ ਹੱਥ ਪੈ ਗਏ ਜਿਹੜਾ ਵੀ ਕੋਈ ਕਾਰਜ ਹੋਇਆ ਸ਼੍ਰੋਮਣੀ ਕਮੇਟੀ ਦੇ ਖਾਤੇ 'ਚ ਪਾ ਕੇ ਆਰਾਮ ਨਾਲ ਸੁਰ ਕਰੋ। ਇਵੇਂ ਨਹੀਂ ਗੱਲ ਹੁੰਦੀ, ਕੌਮ ਇਹਦੇ ਲਈ ਬਿਲਕੁਲ ਤਿਆਰ ਆ, ਅਵੇਸਲੇ ਨੇ ਤੇ ਸ਼੍ਰੋਮਣੀ ਕਮੇਟੀ ਬਿਲਕੁਲ ਅਵੇਸਲੀ ਨੇ। ਹੁਣ ਧਾਰਮਿਕ ਪੱਖ ਦੇ ਨਾਲ ਨਾਲ ਮੈਂ ਸਿਆਸੀ ਪੱਖੋਂ ਵੀ ਆਉਣਾ। ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀਨਾਮਾ ਹੋਇਆ, ਮਾਫ਼ੀਨਾਮਾ 'ਚ 4 ਗਲਤੀਆਂ ਦਾ ਜ਼ਿਕਰ ਹੋਇਆ, ਰਾਮ ਰਹੀਮ ਦਾ ਜ਼ਿਕਰ ਹੋਇਆ, ਤੁਸੀਂ ਉਸ ਘਟਨਾ ਨੂੰ, ਤੁਸੀਂ ਉਸ ਪੂਰੇ ਇੰਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ, ਐਸਜੀਪੀਸੀ ਕਿਵੇਂ ਦੇਖਦੀ ਹੈ? ਪਹਿਲਾਂ ਤਾਂ ਮੈਂ ਤੁਹਾਡਾ ਸਪਸ਼ਟ ਕਰਦੇ ਹਾਂ ਵੀ ਅਕਾਲ ਤਖ਼ਤ 'ਤੇ ਜਾਣਾ ਕੋਈ ਗੁਨਾਹ ਨਹੀਂ। ਹਰ ਇੱਕ ਸਿੱਖ ਨੇ ਅਲਟੀਮੇਟਲੀ ਅਕਾਲ ਤਖ਼ਤ 'ਤੇ ਜਾਣਾ ਹੁੰਦਾ, ਪਰ ਉਹਦੀ ਗੱਲਾਂ 2 ਹੁੰਦੀਆਂ। ਇੱਕ ਤਾਂ ਬੰਦੇ ਨੇ ਕਿਸੇ ਨੇ ਕੋਈ ਅਵੱਗਿਆ ਵੱਡੀ ਕਰ ਲਈ ਹੋਵੇ ਉਹ ਜਾ ਕੇ ਪੇਸ਼ ਹੋ ਜਾਂਦਾ, ਇੱਕ ਹੁੰਦਾ ਕੋਈ ਹੋਰ ਅਵੱਗਿਆ ਕਰਕੇ ਕੋਈ ਬੰਦੇ ਨੇ ਪਤਿਤ ਹੋ ਗਿਆ ਜਾਂ ਹੋਰ ਬੱਜਰ ਕਰਹਿਤ ਕਰ ਲਈ, ਫਿਰ ਉਹਨੂੰ ਅਕਾਲ ਤਖ਼ਤ 'ਤੇ ਕੋਈ ਬੰਦਾ ਕੰਪਲੇਂਟ ਦਿੰਦਾ ਤੇ ਉਹ ਅਕਾਲ ਤਖ਼ਤ ਉਹਨੂੰ ਜਾਂ 100 ਮੋਟੋ ਵੀ ਉਹ ਤਲਬ ਕਰਦੇ ਆ, ਤਲਬ ਕਰਕੇ ਉਹਦੀ ਸਫਾਈ ਲੈ ਕੇ ਤੇ ਉਹਨੂੰ ਫਿਰ ਸਜ਼ਾ ਦਿੱਤੀ ਜਾਂਦੀ ਆ। ਤੇ ਮੈਂ ਸਮਝਦਾ ਵੀ ਜਿਹੜੇ ਗਏ ਆ ਠੀਕ ਆ, ਮੁਬਾਰਕ ਗਏ ਆ, ਅਕਾਲ ਤਖ਼ਤ ਨੂੰ ਜਾਣਾ ਚਾਹੀਦਾ, ਪਰ 15 ਦੀਆਂ ਇੰਸੀਡੈਂਟ 2024 ਕਿਉਂ ਚੇਤੇ ਆਈਆਂ? ਅੱਜ ਅਕਾਲੀ ਦਲ ਤੋਂ ਬਾਹਰ ਹੋ ਕੇ ਚੇਤੇ ਆਈਆਂ? ਪਹਿਲਾਂ ਤਾਂ ਮੈਂ ਇਹਨਾਂ ਦੀ ਮਨਸ਼ਾ ਦੇ ਉੱਤੇ ਇੱਕ ਸਵਾਲ ਕਰਨਾ ਚਾਹੁੰਦਾ, ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ, ਮੈਂ ਜੀ ਆਇਆਂ ਕਹਿੰਦਾ ਵੀ ਜਾਣਾ ਚਾਹੀਦਾ, ਪਰ ਆਪ ਅਕਸਰ ਮੁਲਾਂਕਣ ਤਾਂ ਹੁੰਦਾ ਨਾ ਵੀ 9 ਸਾਲ ਬਾਅਦ ਅੱਜ ਕਿਉਂ ਚੇਤਾ ਆਇਆ? ਜੇ ਪਾਰਲੀਮੈਂਟ ਦੇ ਮੈਂਬਰ ਬਣ ਜਾਂਦੇ ਫਿਰ ਨਹੀਂ ਸੀ, ਫਿਰ ਵਗਿਆ ਨਹੀਂ ਸੀ? ਇਹ ਮੈਂ ਇਸ ਕਰਕੇ ਸਵਾਲ ਕਰਦਾ, ਜੀ ਆਇਆਂ ਜਾਣਾ ਚਾਹੀਦਾ, ਪਰ ਜਿਹੜੇ ਮੁੱਦੇ ਚੱਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉਹ ਦਿਆਏ ਆ ਲਿਖ ਕੇ ਐਪਲੀਕੇਸ਼ਨ, ਇਹ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਊਗੀ, ਉਹਦੇ 'ਤੇ ਅਕੋਰਡਿੰਗਲੀ ਉਹ ਜਿਹੜਾ ਫਰਦਰ ਫੈਸਲਾ ਲੈਣਗੇ ਉਹ ਫਿਰ ਪਤਾ ਲੱਗ ਜੂਗਾ ਕੀ। ਇਸ ਨੂੰ 2 ਪੱਖੋਂ ਦੇਖਿਆ ਜਾ ਰਿਹਾ, ਇੱਕ ਤਾਂ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਹਾਨੂੰ 9 ਸਾਲ ਬਾਅਦ ਚੇਤਾ ਕਿਉਂ ਆਇਆ, 9 ਸਾਲ ਬਾਅਦ ਤੁਸੀਂ ਕਿਉਂ ਮਾਫ਼ੀ ਮੰਗ ਰਹੇ ਹੋ ਜਦੋਂ ਇੰਨਾ ਘਮਾਸਾਨ ਬਚ ਗਿਆ, ਉਦੋਂ ਕਿਉਂ ਮਾਫ਼ੀ ਮੰਗ ਰਹੇ? ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਉਸ ਵੇਲੇ ਚੁੱਪ ਰਹੇ, ਉਸ ਦੀ ਵੀ ਮਾਫ਼ੀ ਮੰਗ ਰਹੇ ਹਾਂ, ਸਾਨੂੰ ਉਸ ਵੇਲੇ ਬੋਲਣਾ ਚਾਹੀਦਾ ਸੀ, ਸਾਡੇ ਕੋਲ ਗਲਤੀ ਹੋਈ, ਅਸੀਂ ਨਹੀਂ ਬੋਲੇ। ਔਰ ਨਾਲ ਹੀ ਉਹ ਕਹਿ ਰਹੇ ਕਿ ਜਦੋਂ ਸਾਨੂੰ ਲੱਗਾ ਕਿ ਜਦੋਂ ਹੁਣ ਸਾਨੂੰ ਲੱਗ ਰਿਹਾ ਕਿ ਕਿਸੇ ਵੇਲੇ ਤਾਂ ਮਨ 'ਚ ਲੱਗਦਾ ਉਸ ਵੇਲੇ ਅਸੀਂ ਆ ਕੇ ਮਾਫ਼ੀ ਮੰਗ ਰਹੇ ਹਾਂ, ਅਸੀਂ ਲੇਟ ਹੋਏ ਹਾਂ, ਉਸ ਗੱਲ ਦਾ ਵੀ ਸਾਨੂੰ ਇਲਮ ਹੈ ਔਰ ਇਸ ਗੱਲ ਦੀ ਵੀ ਅਸੀਂ ਮਾਫ਼ੀ ਮੰਗ ਰਹੇ ਹਾਂ। ਨਹੀਂ ਤਾਂ 15 ਤੋਂ 17 ਦੇ ਸਰਕਾਰ ਦਾ ਹਿੱਸਾ ਰਹੇ ਆ, 2017 ਤੱਕ, ਤੇ ਤਦ ਵੀ ਚੇਤਾ ਨਹੀਂ ਆਇਆ, ਤੇ ਹੁਣ ਮਤਲਬ ਅਲਟੀਮੇਟਲੀ ਕੀ ਆ ਇਹਦੇ ਪਿੱਛੇ ਵੀ ਪੋਲਿਟਿਕਸ ਆ। ਕੌਣ ਕਰ ਰਿਹਾ? ਉਹੋ ਹੀ ਕਰ ਰਿਹਾ ਜਿਹੜੇ ਗਏ ਆ, ਮੈਂ ਤਾਂ ਕਰ ਰਿਹਾ ਯਾਰ, ਕਰ ਰਹੇ ਜਿਲ੍ਹੇ ਰਾਜ ਸੱਤਾ ਦਾ ਪੈ ਜਾਵੇ ਪੁੱਛ ਕਿਸੇ ਨੂੰ ਤੇ ਹਰ ਇੱਕ ਬੰਦਾ ਭਾਲਦਾ, ਸੱਤਾ ਤੋਂ ਤਾਂ ਬਾਹਰ ਨੇ। ਨਹੀਂ ਸੱਤਾ ਦਾ ਹੁਣ ਹਾਲੇ ਉਹਨੂੰ ਲੱਭ ਰਹੇ ਨਾ ਵੀ ਸੱਤਾ ਕਿਵੇਂ ਹਾਸਲ ਹੋ ਸਕਦੀ ਆ। ਨਹੀਂ ਇਸ ਦੇ ਪਿੱਛੇ ਮਨਸ਼ਾ ਕੀ ਆ? ਮਨਸ਼ਾ ਤਾਂ ਮੈਂ ਤੁਹਾਨੂੰ ਦੱਸੀ ਆ ਗੱਲ, ਮਨਸ਼ਾ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਬਾਹਰ ਨਿਕਲ ਗਏ ਆ। ਉਹ ਕਹਿੰਦੇ ਕਿ ਅਸੀਂ ਪਾਰਟੀ 'ਚ ਆ, ਪਾਰਟੀ ਮਜ਼ਬੂਤ ਕਰ ਰਹੇ ਆ, ਪਾਰਟੀ ਦਾ ਸਿੰਬਲ, ਪਾਰਟੀ ਇੱਕ ਪਰਿਵਾਰ ਦਾ, ਪਾਰਟੀ ਮੈਂ ਕਹਿੰਦਾ ਇਦਾਂ ਮਜ਼ਬੂਤ ਹੁੰਦੀ ਆ, ਪਾਰਟੀ ਮਜ਼ਬੂਤ ਹੁੰਦੀ ਆ ਬੇਦਿਨ ਪਾਰਟੀ ਬੈਠੋ ਉੱਥੇ ਆਪਣੇ ਹੈਲਦੀ ਡਿਸਕਸ਼ਨ ਕਰੋ, ਉੱਥੇ ਬੈਠ ਕੇ ਉਹਨਾਂ ਮਸਲਿਆਂ ਨੂੰ ਹੱਲ ਕਰੋ, ਨਾ ਕਿ ਲੋਕਾਂ ਦੀਆਂ ਜਾ ਕੇ ਸੱਥਾਂ ਦੇ ਵਿੱਚ ਆਪਾਂ ਕਿੱਲੀਆਂ ਉਡਾਈਏ। ਇਹ ਪਾਰਟੀ ਦਾ ਇੱਕ ਜਾਬਤਾ ਹੁੰਦਾ, ਮੇਰੇ ਤੋਂ ਵੱਧ ਜਾਣਦੇ ਆ ਉਹ, ਤੇ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਸਿਸਟਮ ਆ ਜੇ ਸ਼੍ਰੋਮਣੀ ਅਕਾਲੀ ਦੇ ਸਮਰਥਕ ਆ ਅੰਦਰ ਬੈਠ ਕੇ ਗੱਲ ਕਰਦੇ, ਹੁਣ ਬਾਹਰ ਕਰਕੇ ਤਗੜਾ ਕਰ ਰਹੇ ਆ, ਫਿਰ ਸ਼੍ਰੋਮਣੀ ਅਕਾਲੀ ਦਲ ਮੰਨ ਲਓ ਕੀ ਆ ਇਹਦੇ ਪਿੱਛੇ? ਸਾਰੇ ਲੋਕ ਜਾਣਦੇ ਆ ਵੀ ਪੋਲਿਟਿਕਸ ਹੈ।
ਨਹੀਂ ਇਸ ਦੇ ਪਿੱਛੇ ਜਿਹੜੇ ਤੁਹਾਡੇ ਵਾਲੇ ਪਾਸੋਂ ਗੱਲ ਆਈ ਉਹ ਆਈ ਕਿ ਬੀਜੇਪੀ ਇਹ ਸਾਰਾ ਕੁਝ ਕਰਾ ਰਹੀ ਹੈ, ਬੀਜੇਪੀ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਿਹਾ। ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਇਹ ਗੱਲ ਜਿਹੜੀ ਕਹੀ ਜਾ ਰਹੀ, ਉਹ ਕਹਿੰਦੇ ਕਿ ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਟੋੜਾ ਪਰਿਵਾਰ, ਚੰਦੂ ਮਾਜਰਾ ਪਰਿਵਾਰ, ਕਈ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਲਈ ਕੁਰਬਾਨੀਆਂ ਦਿੱਤੀਆਂ, ਜੇਲਾਂ ਕੱਟੀਆਂ, ਔਰ ਜਿਹੜੇ ਗੱਲ ਕਰ ਰਹੇ ਨੇ ਉਹਨਾਂ ਨੇ ਤਾਂ ਕੋਈ ਕੁਰਬਾਨੀਆਂ ਹੀ ਨਹੀਂ ਦਿੱਤੀਆਂ। ਦੇਖੋ ਮੇਰੀ ਬੇਨਤੀ ਸੁਣੋ, ਸਾਰੇ ਪਰਿਵਾਰ ਜਿਹੜੇ ਮੁਬਾਰਕਬਾਦ ਆ, ਕਿਉਂਕਿ ਪੰਥਕ ਪਰਿਵਾਰ ਆ ਜਿਹੜੇ, ਉਹਨਾਂ ਪੰਥਕ ਮਾਸਟਰ ਤਾਰਾ ਸਿੰਘ ਦੀ ਗੱਲ ਕਰਦੇ ਆ, ਉਹਨਾਂ ਦਾ ਜੀਵਨ ਪੜ੍ਹਿਆ ਕਿਤੇ ਕਿਸੇ ਨੇ, ਚੱਲਣਾ ਵੀ ਚਾਹੀਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਪੰਥ ਦੀ ਏਡੀ ਵੱਡੀ ਛਵੀ ਲੈ ਕੇ ਬੈਠੇ ਸੀ, ਚੰਗੀ ਗੱਲ ਆ ਪਰਿਵਾਰਾਂ ਦਾ, ਮੈਂ ਉਹਨਾਂ ਨੂੰ ਉਸ ਪੱਖ ਤੋਂ ਨਹੀਂ ਦੇਖਦਾ, ਪਰ ਆਇਆ ਉਹਨਾਂ ਪਰਿਵਾਰਾਂ ਦਾ ਸਤਿਕਾਰ ਹੋ ਰਿਹਾ ਜਾਂ ਉਹਨਾਂ ਪਰਿਵਾਰਾਂ ਨੂੰ ਵਰਤ ਰਹੇ ਹਾਂ, ਤੇ ਮੈਂ ਤੁਹਾਨੂੰ ਅਲਟੀਮੇਟਲੀ ਦੱਸ ਦੂੰਗਾ, ਦੋ ਚਾਰ ਮਹੀਨੇ ਅਟਕੋ, ਉਹੀ ਪਰਿਵਾਰ ਫਿਰ ਮੁੜ ਕੇ ਚੀਕਾਂ ਮਾਰਨਗੇ ਵੀ ਸਾਨੂੰ ਤਾਂ ਇਹ ਸਿਆਸੀ ਰੋਟੀਆਂ ਸੇਕ ਕੇ ਲਾਂਭੇ ਸਿੱਟ ਗਏ। ਸੋ ਇਸ ਕਰਕੇ ਪਹਿਲੀ ਵਾਰੀ ਨਹੀਂ ਹੋਇਆ ਇਹਦੇ ਪਿੱਛੇ, ਮੈਂ ਬਿਲਕੁਲ ਇਸ ਗੱਲ ਦੇ ਹਾਂ, ਜਿਲ੍ਹੇ ਆਪਣੇ ਅਕਾਲ ਤਖ਼ਤ ਨੂੰ ਜਾਓ, ਤਨੋਂ ਮਨੋਂ ਜਾਓ, ਗੁਰੂ ਮਾਣ ਬਖਸ਼ੀ ਕਰਦਾ, ਗੁਰੂ ਤਾਣ ਬਖਸ਼ੀ ਕਰਦਾ, ਜਿਲ੍ਹੇ ਕੋਈ ਅਲਟੀਮੇਟਲੀ ਆਬਜੈਕਟ ਰੱਖ ਕੇ ਜਾਂਦੇ ਆ, ਫਿਰ ਮੇਰਾ ਆਪਣਾ ਮੰਨਣਾ ਹੈ, ਇਹ ਤਾਂ ਬਾਕੀ ਗੁਰੂ ਜਾਣੇ। ਕੀ ਐਸ ਜੀ ਪੀ ਸੀ ਦੋਵੇਂ ਧਿਰਾਂ ਨੂੰ ਬਿਠਾ ਕੇ ਸਮਝੌਤਾ ਕਰਾ ਸਕਦੀ ਹੈ? ਦੇਖੋ ਜੇ ਮੈਨੂੰ ਕਹਿਣਗੇ ਉਹ, ਕਿਉਂਕਿ ਇਧਰੋਂ ਤਾਂ ਮੈਂ ਹੈਗਾ ਹੀ ਇਹਨਾਂ ਦੇ ਨਾਲ ਹੀ ਹਾਂ, ਜੇ ਉਹ ਮੈਨੂੰ ਕਹਿਣਗੇ ਮੇਰੀ ਲੋੜ ਮਹਿਸੂਸ ਕਰਨਗੇ, ਮੈਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟੂੰਗਾ। ਕਿ ਉਹਨਾਂ ਲਈ ਅਜੇ ਵੀ ਦਰਵਾਜ਼ੇ ਖੁੱਲੇ ਨੇ? ਦਰਵਾਜ਼ੇ ਤਾਂ ਪਾਰਟੀ ਨੇ ਖੋਲੇ, ਪਾਰਟੀ ਦਾ ਹਾਲੇ ਕਹਿ ਰਹੇ ਯੂਥ ਅਕਾਲੀ ਦਲ ਕਹਿ ਰਿਹਾ ਕਿ ਹੁਣ ਇਹਨਾਂ ਨੂੰ ਮੂੰਹ ਨਾ, ਚਲੋ ਉਹ ਜੂਸ ਨੇ ਉਹਨੇ ਕਹੀ ਗੱਲ, ਕਿਉਂਕਿ ਅੱਕਿਆ ਬੰਦਾ ਫੀ ਕਰੂਗਾ, ਪਰ ਅਜੇ ਵੀ ਦਰਵਾਜ਼ੇ ਖੁੱਲੇ। ਜਿਸਲੇ ਵੀਡੀਓ ਤੁਸੀਂ ਪਾਓਗੇ ਇਦਾਂ ਦੀਆਂ ਬਲੰਟ ਕਰਕੇ, ਤੇ ਫਿਰ ਨੈਚੁਰਲੀ ਪਾਰਟੀ ਵਿੱਚ ਵੀ ਰਿਪੋਰਟ ਦਰਵਾਜ਼ੇ ਖੁੱਲੇ ਨੇ ਉਹਨਾਂ ਲਈ। ਉਹ ਤਾਂ ਭੁੰਦੜ ਸਾਹਿਬ ਨੇ ਉਦੋਂ ਕਹਿਤਾ ਸੀ ਵਿਦਿਨ ਪਾਰਟੀ ਆ, ਆ ਜਾਓ ਪਲੇਟਫਾਰਮ ਦੇ ਉੱਤੇ, ਬਾਹਰ ਨਾ ਗੱਲ ਕਰੋ। ਜੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਗਏ, ਤੁਹਾਨੂੰ ਲੱਗਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਿੱਚ ਪੈਣਾ ਚਾਹੀਦਾ ਅਕਾਲੀ ਦਲ ਦੀ ਮਜ਼ਬੂਤੀ? ਦੇਖੋ ਉਹਨਾਂ ਨੂੰ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨੀ ਚਾਹੀਦੀ, ਜਿੰਦੀ ਜੋ ਸਜ਼ਾ ਲੱਗਦੀ ਹੈ ਜੇ ਲਗਾਉਣੀ ਚਾਹੁੰਦੇ ਨੇ ਤਾਂ ਉਹ ਲਗਾ ਦੇਣ, ਤੁਹਾਨੂੰ ਲੱਗਦਾ? ਇਹ ਸਿੰਘ ਸਾਹਿਬ ਦਾ ਆ, ਇਹ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਲਓ ਜਾ ਕੇ। ਨਹੀਂ, ਐਸਜੀਪੀਸੀ ਦੇ ਪ੍ਰਧਾਨ ਹੋ ਗਏ, ਤੁਹਾਨੂੰ ਕੀ ਲੱਗਦਾ? ਪਹਿਲਾਂ ਹੁੰਦਾ ਰਿਹਾ ਇਦਾਂ, ਅਕਾਲ ਤਖ਼ਤ ਦੇ ਉੱਤੇ ਜਾਂਦੇ ਰਹੇ, ਅਕਾਲ ਤਖ਼ਤ ਦੇ ਉੱਤੇ ਸਾਰੀਆਂ ਵਿਚਾਰਾਂ ਹੁੰਦੀਆਂ ਰਹੀਆਂ ਆ, ਤੇ ਕਿਉਂਕਿ ਇਹ ਪਾਰਟੀ ਨੂੰ ਇਕੱਠੇ ਕਰਨ ਦੀ ਨਹੀਂ ਗੱਲ, ਇਹ ਉਹਨਾਂ ਨੇ ਇੱਕ ਜਿਹੜੀ ਤੁਸੀਂ ਪੜ੍ਹ ਕੇ ਗਏ ਵੀ ਚਾਰ ਮੰਗਾਂ ਉਹਨੇ ਰੱਖੀਆਂ, ਇਹ ਉਹ ਤੇ ਗੱਲ ਸਹੀ ਹੈ ਜਾਂ ਗਲਤ ਹੈ ਜਿਹੜੀ ਮਰਜ਼ੀ ਤੁਹਾਨੂੰ ਲੱਗਦੀ, ਜਿਹੜੀ ਉਹਨਾਂ ਨੇ ਚਾਰ ਇਹਦਾ ਗੱਲ ਦੱਸਦੇ ਜਥੇਦਾਰ ਸਾਹਿਬ ਦੇਖਣਗੇ ਤੁਹਾਨੂੰ ਐਸਜੀਪੀਸੀ ਦਾ? ਮੈਂ ਉਹਦੇ ਬਾਰੇ ਰਾਮ ਰਹੀਮ ਦੀ ਮਾਫੀ, ਤੁਹਾਨੂੰ ਸਹੀ ਲੱਗਦਾ? ਤੁਹਾਨੂੰ ਲੱਗਦਾ ਕਿ ਉਸ ਵੇਲੇ ਰਾਮ ਰਹੀਮ ਦੀ ਮਾਫੀ ਗਲਤ? ਰਾਮ, ਮੇਰੀ ਬੇਨਤੀ ਸੁਣੋ, ਰਾਮ ਰਹੀਮ ਦੀ ਮਾਫੀ ਕਿਨ ਕੀਤੀ ਆ? ਜਥੇਦਾਰ ਅਕਾਲ ਤਖ਼ਤ ਨੇ, ਪੰਜ ਸਿੰਘ ਸਾਹਿਬਾਨਾਂ ਨੇ ਕੀਤੀ, ਤੇ ਹੁਣ ਧਾਮੀ ਉਹਨਾਂ ਨੂੰ ਚਿਤ ਚੁਣੌਤੀ ਦਊਗਾ, ਜੇ ਹੋਈ ਲੋਕਾਂ ਚ ਰਿਵੋਲਟ ਹੋਇਆ ਫਿਰ ਉਦੋਂ ਬਾਅਦ ਮਾਫ਼ ਵੀ ਹੋ ਗਈ, ਤੇ ਕੀਤੀ ਤਾਂ ਸਿੰਘ ਸਾਹਿਬਾਂ ਨੇ ਹੀ ਆ ਨਾ। ਹੁਣ ਮੈਂ ਤਾਂ ਅਕਾਲ ਤਖ਼ਤ ਨੂੰ ਸਮਰਪਿਤ ਹਾਂ ਤੇ ਅਕਾਲ ਤਖ਼ਤ ਦਾ ਸਤਿਕਾਰ ਕਰਦਾ, ਤੇ ਜੇ ਅਕਾਲ ਤਖ਼ਤ ਨੇ ਉਹ ਕੀਤਾ ਸੀ ਉਹਨਾਂ ਨੂੰ ਮਾਫ਼, ਉਹਨੇ ਮੁੜ ਕੇ ਵਾਪਸ ਲੈ ਲਈ, ਤੇ ਜਿਹੜੀਆਂ ਜ਼ਿਕਰ ਕਰਦੇ ਹੋ ਕਿ ਚਲੋ ਇਹ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੁੱਦੇ ਉੱਠੇ ਆ ਉਹਦਾ ਜਵਾਬ ਦੇਣਗੇ। ਦੂਸਰਾ ਇਹ ਵੀ ਹੈ ਕਿ ਉਹ ਕਹਿੰਦੇ ਕਿ ਅਸੀਂ ਸਾਡੇ ਚੋਂ ਕਿਸੇ ਨੇ ਪ੍ਰਧਾਨ ਨਹੀਂ ਬਣਨਾ, ਅਸੀਂ ਚਾਹੁੰਦੇ ਹਾਂ ਕਿ ਕੋਈ ਧਾਰਮਿਕ ਸ਼ਖਸੀਅਤ ਪ੍ਰਧਾਨ ਬਣੇ, ਜੋ 92 ਜਾਂ 96 ਚ ਹੋਇਆ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਂ ਅੱਗੇ ਕਰ ਰਹੇ ਆ। ਤੁਹਾਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਜੇ ਇਹ ਪ੍ਰਧਾਨ ਬਣਦੇ ਨੇ ਤਾਂ ਇਹ ਸਾਰਾ ਰੇੜਕਾ ਖਤਮ ਹੋ ਸਕਦਾ? ਗਿਆਨੀ ਹਰਪ੍ਰੀਤ ਸਿੰਘ, ਕੱਲ ਮੈਂ ਵੀ ਉੱਥੇ ਮੀਟਿੰਗ ਚ ਸੀਗਾ, ਅਸੀਂ ਇਕੱਠੇ ਸੀ, ਸਿੰਘ ਸਾਹਿਬਾਨ ਵੀ ਉਸ ਇੰਟਰਵਿਊ ਅਸੀਂ ਲੈ ਰਹੇ ਸੀ, ਤੇ ਉਹਨਾਂ ਦਾ ਅੱਜ ਬਿਆਨ ਵੀ ਆ ਗਿਆ। ਉਹ ਕਹਿੰਦੇ ਵੀ ਮੈਂ ਤੇ ਇੱਕ ਧੜੇ ਦਾ ਸਵਾਲ ਹੀ ਨਹੀਂ ਉੱਠਦਾ, ਜੇ ਮੈਨੂੰ ਖਾਲਸਾ ਪੰਥ ਕਹੂ ਮੈਂ ਵੀ ਸੋਚੂਗਾ, ਵਿਚਾਰ ਕਰੂੰਗਾ, ਤੇ ਉਹ ਰੂਲ ਆਊਟ ਉਹ ਆਪ ਹੀ ਕਰ ਗਏ ਉਹ ਕੱਲ, ਤੇ ਅੱਜ ਅਖਬਾਰਾਂ ਵਿੱਚ ਵੀ ਉਹ ਆ ਗਿਆ ਸਾਰਾ ਕੁਝ, ਤੇ ਮੀਡੀਆ ਵਿੱਚ ਵੀ ਉਹਨੂੰ ਕਹਿ ਦਿਆ ਉਹਨਾਂ ਨੇ ਕਿ ਮੇਰੇ ਤੇ ਅਪਰੋਚ ਨਹੀਂ ਕੀਤਾ, ਜੇ ਅਪਰੋਚ ਕੀਤੀ ਫਿਰ ਮੈਂ ਸੋਚ, ਉਹਨੇ ਉਹਨੇ ਕਿਹਾ ਵੀ ਇੱਕ ਧੜੇ ਦੀ ਨਹੀਂ ਮੈਂ ਕਰੂੰਗਾ, ਇੱਕ ਧੜੇ ਦੀ ਸਾਰਿਆਂ ਨੂੰ ਮਜਬੂਤ, ਜੇ ਸਾਰੇ ਕਹਿਣਗੇ ਇੱਕ ਧੜਾ ਕਰ ਰਿਹਾ ਦੂਜਾ ਧੜਾ ਕਰ ਸਕਦਾ ਅਪਰੋਚ? ਨਹੀਂ ਇਦਾਂ ਨਹੀਂ ਹੁੰਦੀ, ਕਿਉਂਕਿ ਸਾਡੇ ਤਾਂ ਆਲਰੇਡੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈਗਾ ਹੀ ਆ, ਇਹੀ ਰਹਿਣਗੇ ਬਦਲਣਗੇ ਨਹੀਂ, ਇਹ ਤਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਹੋ ਰਿਹਾ, ਸਾਰੇ ਜਿੰਨੇ ਬੈਂਗੇ ਆ ਸਮੁੱਚੇ ਕੈਡਰ ਨੇ ਪਾਰਟੀ ਦੇ ਨੇ ਸਾਰਿਆਂ ਨੇ ਉਹਨਾਂ ਦੇ ਭਰੋਸਾ ਪ੍ਰਗਟ ਕੀਤਾ, ਤੇ ਉਹਨੇ ਹੀ ਰਹਿਣਾ ਨੈਚੁਰਲੀ। ਔਰ
ਫਿਰ ਇਹ ਰੇੜਕਾ ਖਤਮ ਕਿਵੇਂ ਹੋਏਗਾ? ਤੁਹਾਡਾ ਇੱਕ ਰੇੜਕਾ ਧਾਰਮਿਕ ਤਜਰਬਾ, ਤੁਹਾਨੂੰ ਕੀ ਲੱਗਦਾ ਇਹ ਰੇੜਕਾ ਇੱਦਾਂ ਖਤਮ ਹੋ ਸਕਦਾ? ਇਹ ਰੇੜਕਾ ਸਮੇਂ ਨੇ ਖਤਮ ਕਰਨਾ, ਸਮੇਂ ਨੇ ਇਸ ਕਰਕੇ ਖਤਮ ਕਰਨਾ, ਇਹ ਪਹਿਲੀ ਵਾਰੀ ਰੇੜਕਾ ਨਹੀਂ ਪਿਆ। ਮੈਂ 85 ਤੋਂ ਆਨਵਰਡ ਗਵਾਹ ਹਾਂ, ਕਿਉਂਕਿ ਤਦਾ ਮੈਂ ਅਕਾਲੀ ਦਲ ਵਿੱਚ ਅੱਖ ਖੋਲੀ ਆ। ਇਹ ਪਹਿਲੀ ਵਾਰ ਨਹੀਂ ਪਿਆ, ਬੜੀ ਵਾਰੀ ਪਿਆ, ਪਰ ਸਮੇਂ ਦੇ ਸਮਾਂ ਜਦੋਂ ਬੀਤਦਾ ਗਿਆ ਉਹ ਸਾਰੇ ਰੇੜਕਿਆਂ ਦਾ ਜਿਹੜਾ ਨਿਚੋੜ ਸਾਹਮਣੇ ਆ ਜਾਂਦਾ ਰਿਹਾ। ਲਾਸਟ ਦੋ ਸਵਾਲ ਨੇ। ਸੁਖਜਿੰਦਰ ਰੰਧਾਵਾ ਕਹਿੰਦੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਣ ਇਸ ਪੂਰੇ ਮਸਲੇ ਤੇ ਕਿਸੇ ਇੱਕ ਪੱਖ ਨਹੀਂ ਲੈਣਾ ਚਾਹੀਦਾ, ਇਹ ਕਿੰਨੇ ਮਾਫ਼ੀ ਕਦੋਂ ਕਿੱਦਾਂ ਕੀ ਹੋਈ, ਉਹਨਾਂ ਨੇ ਵੀ ਸਵਾਲ ਚੁੱਕੇ ਨੇ। ਚਲੋ ਮੈਂ ਕਹਿੰਦਾ ਸੁਖਜਿੰਦਰ ਰੰਧਾਵੇ ਨੂੰ ਉਹ ਸੁਝਾਅ ਅਕਾਲ ਤਖ਼ਤ ਨੂੰ ਪਹਿਲਾਂ ਕੋਈ ਦੇ ਸਕਦਾ ਬੰਦਾ? ਅਕਾਲ ਤਖ਼ਤ ਨੂੰ ਜੇ ਹੁਣ ਇਹਨਾਂ ਨੇ ਅਪਰੋਚ ਕੀਤਾ ਆ ਤੇ ਉਹ ਪੰਜ ਸਿੰਘ ਸਾਹਿਬਾਨ ਬਹਿੰਦੇ, ਇੱਕ ਤਾਂ ਬਹਿੰਦਾ ਨਹੀਂ ਕੋਈ ਵੀ, ਉਹ ਪੰਜ ਫੈਸਲਾ ਕਰਦੇ ਤੇ ਗੁਰਮਤ ਅਨੁਕੂਲ ਮੈਨੂੰ ਆਸ ਆ ਪੂਰਨ, ਉਹ ਗੁਰਮਤ ਅਨੁਕੂਲ ਜਿਹੜੇ ਬਣਦੇ ਆ ਉਹ ਫੈਸਲੇ ਲੈਣਗੇ। ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗੀ, ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਕਿ ਇਸ ਤਰੀਕੇ ਨਾਲ ਨਹੀਂ ਮਾਫ਼ੀ। ਚਲੋ ਉਹ ਜਿਹੜਾ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰਾਂ ਕਿ ਬਹੁਤ ਸਾਰੇ ਜਿਹੜੇ ਅੱਜ ਇਹ ਸਵਾਲ ਚੱਕ ਰਹੇ ਆ, ਇਹਨਾਂ ਦੇ ਪਿਛਲੇ ਸਵਾਲ ਕੱਢ ਲਓ, ਤੁਸੀਂ ਅਖਬਾਰਾਂ ਦੇ ਕੱਢ ਲਓ, ਸਾਰਿਆਂ ਨੇ ਕਿਹਾ ਸੀ ਅਸੀਂ ਵੈਲਕਮ ਕਰਦੇ ਹਾਂ। ਈਵਨ ਆਪਣੇ ਢੀਂਡਸਾ ਸਾਹਿਬ ਨੇ ਕਿਹਾ ਸੀ ਵੀ ਹੁਣ ਇਹਨੀ ਮਾਫ਼ੀ ਮੰਗ ਲਈ ਆ ਇਸ ਕਰਕੇ ਅਸੀਂ ਮਰਜ਼ਰ ਕਰਦੇ ਹਾਂ, ਤੇ ਸਾਰੇ ਆ ਜਿਹੜੇ ਹੁਣ ਲੀਡਰ, ਇਹ ਨਹੀਂ ਵੀ ਸਾਰਿਆਂ ਨੇ ਕੀਤੀ ਸੀ, ਤੇ ਮੇਰਾ ਮਤਲਬ ਕੋਈ ਆਪਾਂ ਆਪਣੇ ਪਿਛਲੇ ਦਿਨਾਂ ਦੀ ਗੱਲ ਆ ਨਾ, ਕੋਈ ਅਜਿਹਾ ਵੀ ਹੋਇਆ ਕਿ ਦੁਬਾਰਾ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ, ਕੋਈ ਇੱਦਾਂ ਦੀ ਗੱਲ ਨਹੀਂ? ਇਹ ਤਾਂ ਕੋਈ ਮੁੱਦਾ ਨਹੀਂ ਉੱਥੇ ਉੱਠਿਆ। ਇੱਕ ਲਾਸਟ ਸਵਾਲ ਹੈ, ਜਿਹੜੇ ਮੈਂਬਰ ਪਾਰਲੀਮੈਂਟ ਬਣੇ ਸਰਬਜੀਤ ਸਿੰਘ ਖਾਲਸਾ ਹੋਰੀ, ਉਹ ਕਹਿੰਦੇ ਬੇਅਦਬੀਆਂ ਨੂੰ ਲੈ ਕੇ ਇੱਕ ਪਰਮਾਨੈਂਟ ਜਿਹੜੀ ਹੈ ਉਹ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਕਿ ਉਹ ਪਰਮਾਨੈਂਟ ਜੇਲ੍ਹ ਚ ਰਹੇ? ਦੇਖੋ ਅਸੀਂ ਤਾਂ ਪਹਿਲਾਂ ਹੀ ਸ਼ੁਰੂ ਤੋਂ ਕਹਿੰਦੇ ਰਹੇ ਵੀ ਕੈਪੀਟਲ ਪਨਿਸ਼ਮੈਂਟ ਚਾਹੀਦੀ ਆ, ਕਿਉਂਕਿ ਬੇਅਦਬੀਆਂ ਰੋਕ ਨਹੀਂ ਰਹੀਆਂ। ਉਹ ਤੋਂ ਬਾਅਦ ਆ 15 ਤੋਂ ਬਾਅਦ ਕਿੰਨੀਆਂ ਹੋ ਗਈਆਂ, ਟੇਲ ਟੂ ਡੇ ਹੋਈ ਜਾਂਦੀਆਂ, ਤੇ ਜੇ ਕੈਪੀਟਲ ਪਨਿਸ਼ਮੈਂਟ ਹੋਊਗਾ ਕੋਈ ਡੇਰ ਹੀ ਨਹੀਂ ਕਰੂਗਾ। ਇਸ ਕਰਕੇ ਮੈਂ ਤਾਂ ਸਮਝਦਾ ਸਖ਼ਤ ਕਾਨੂੰਨ ਬਣਨੇ ਚਾਹੀਦੇ, ਉਹ ਵੀ ਜੇ ਉਹਨੇ ਕਹੀ ਗੱਲ ਠੀਕ ਗੱਲ ਆ, ਹੁਣ ਕਾਨੂੰਨ ਸਖ਼ਤ ਬਣਨਾ ਚਾਹੀਦਾ।